नवे अदायगी कानूनों खिलाफ रोस प्रगटाउण दे लई पंजाब दे समूह आड़तियां दे वल्लों 10 मार्च तो अणमिथे समय दे लई हड़ताल करन दे लई फैसले तहत रायकोट दाणा मंडी दे समूह आड़तियां दे वल्लों अपनियां दुकानां बंद रख के हड़ताल की गई। इस मौके जानकारी दिंदिया साबका प्रधान यशपाल बांसल अते राजकुमार छापा ने दस्या कि सरकारां किसानां अते आड़तियां दे 9 मास दे रिश्ते नूं तोड़न दे लई कुझियां हरकतां कर रही है, परंतु किसान अते आड़तीए कदे भी इस नूं सफल नहीं होण देणगे। उन्हां कहा है कि किसानी संघर्ष विच आड़तियां वल्लों समर्थन दिते जाण तों बुखलाई केंद्र सरकार वल्लों नवे अदायगी कानून लियांदे गए हन, जिस तहत फसलां दी खरीद अते अदायगी किसानां दीआं जमीनां दीआं जमाबंदियां लै के करन दा फरमान जारी किया गया है। पंजाब सरकार ने भी केंद्र सरकार दे इस तुगलकी फरमान उपर अपनी मोहर लगा के लागू कर दिता है, जबकि पंजाब सरकार हुण तक आड़तियां दी 150 करोड़ आड़त अते 50 करोड़ लेबर रोकी बैठी है। उन्हां कहा है कि सूबा कमेटी दे फैसले तहत अज 10 मार्च तो रायकोट दाणा मंडी नूं मुकम्मल रूप च अणमिथे समय दे लई बंद रखा जाएगा, जिस विच समूह आड़तियां समेत किसान मुनीम अते मजदूर भी उन्हां दा साथ देणगे। आ तुहानूं दिखाने आ की है पूरी रिपोर्ट। हांजी, की नाम तुहाडा? राजकुमार छापा, आड़ती दाणा मंडी रायपुर। छापा जी, अज दी हड़ताल कल संपन्न कीती गई, ओह किन्ने दिन दी? सेंटर सरकार वल्लों जी 2 तुगलक फरमान जारी होए ने। इक तां हैगा जी डायरेक्ट पेमेंट दा किसानां नूं, दूजा फरमान हैगा जी जिहड़ी फसल विकू किसानां दी ओह किसानां दी जमाबंदी दे आधार ते हुक्म जारी होए ने सेंटर सरकार वल्लों। उहदे संबंध विच साडी पंजाब दी आड़ती एसोसीएशन चीमा ग्रुप वल्लों अणमिथे समय लई हड़ताल दा सानूं हुक्म होया गया जी। ਇਹ ਜਿਹੜੀ ਹੜਤਾਲ ਆ ਅਣਮਿੱਥੇ ਸਮੇਂ ਲਈ ਹੜਤਾਲ ਹੈ। ਉਸ ਤੋਂ ਬਾਅਦ ਜੇ ਕੋਈ ਸਾਡੇ ਪੰਜਾਬ ਦੇ ਪ੍ਰਧਾਨ ਦਾ ਜਿਵੇਂ ਵੀ ਹੁਕਮ ਹੋਊਗਾ ਅਸੀਂ ਉਹਦੇ ਹਿਸਾਬ ਨਾਲ ਚੱਲਾਂਗੇ। ਕੀ ਕਹਿਣਾ ਚਾਹੋਗੇ ਤੁਸੀਂ ਸਮੂਹ ਆੜਤੀਆਂ ਨੂੰ ਜਾਂ ਹੋਰ ਜਥੇਬੰਦੀਆਂ ਨੂੰ? ਅਸੀਂ ਸੈਂਟਰ ਸਰਕਾਰ ਨੂੰ ਸਾਡੀ ਇਹੀ ਬੇਨਤੀ ਹੈ ਜੀ, ਜਿਹੜੇ ਫਰਮਾਨ ਜਾਰੀ ਕੀਤੇ ਨੇ ਇਹ ਆਪਦੇ ਵਾਪਸ ਲਵੇ ਜੀ। ਇਹ ਵਾਪਸ ਨਹੀਂ ਲੈਂਦੀ ਤਾਂ ਬਹੁਤ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਊਗਾ ਆੜ੍ਹਤੀਆਂ ਨੂੰ, ਮਜ਼ਦੂਰਾਂ ਨੂੰ ਅਤੇ ਕਿਸਾਨਾਂ ਨੂੰ। ਅਤੇ ਬਾਕੀ ਕੀ ਨਾਂ ਤੁਹਾਡਾ ਜੀ? ਜਸਪਾਲ ਬਾਂਸਲ, ਸਾਬਕਾ ਪ੍ਰਧਾਨ। ਪ੍ਰਧਾਨ, ਜਿਹੜੇ ਫੈਸਲੇ ਇਹ ਲਏ ਗਏ ਨੇ ਜਿਹਦੇ ਖਿਲਾਫ ਹੜਤਾਲ ਕੀਤੀ ਗਈ ਹੈ, ਕਿਵੇਂ ਦੇਖਦੇ ਇਹਨਾਂ ਫੈਸਲਿਆਂ ਨੂੰ ਅਤੇ ਕੀ ਕਹਿਣਾ ਚਾਹੁੰਦੇ? ਸਰਕਾਰ ਮਜ਼ਦੂਰਾਂ ਨੂੰ, ਕਿਸਾਨਾਂ ਨੂੰ, ਆੜ੍ਹਤੀਆਂ ਨੂੰ ਤੋੜਨਾ ਆਸ ਵਿੱਚ ਚਾਹੁੰਦੀ ਆ, ਲੜਾਉਣਾ ਚਾਹੁੰਦੀ ਆ ਵੀ ਰਲ ਮਿਲ ਕੇ ਕੋਈ ਕੰਮ ਨਾ ਕਰ ਸਕੇ। ਵੱਡੀ ਸਰਕਾਰ ਦੀ ਸੋਚ ਇਹੀ ਆ ਵੀ ਇੱਥੇ ਅੱਤਵਾਦ ਪੈਦਾ ਕਰਨਾ ਚਾਹੁੰਦੀ ਆ ਸਰਕਾਰ। ਜਿਹੜੀਆਂ ਠੇਕੇ 'ਤੇ ਜ਼ਮੀਨਾਂ ਨੇ, 50% ਜ਼ਮੀਨਾਂ ਠੇਕੇ 'ਤੇ ਆ ਕਿਸਾਨਾਂ ਕੋਲ, ਜਿਹੜੇ ਖੇਤੀ ਕਰਦੇ ਆ ਜਿਨ੍ਹਾਂ ਕੋਲ ਆਪਦੀਆਂ ਘਰ ਦੀਆਂ ਜ਼ਮੀਨਾਂ ਨਹੀਂ ਹੈ, ਉਹਨਾਂ ਦਾ ਰੁਜ਼ਗਾਰ ਬੰਦ ਹੋ ਜੂਗਾ, ਮਜ਼ਦੂਰਾਂ ਦੀ ਮਜ਼ਦੂਰੀ ਬੰਦ ਹੋ ਜੂ, ਆੜ੍ਹਤੀਆਂ ਦੀ ਆੜ੍ਹਤ ਬੰਦ ਹੋਜੂ, ਸਾਰੀ ਹਾਹਾਕਾਰ ਮੱਚੂ, ਲੁੱਟ ਖੋਹ ਮੱਚੂ। ਪੰਜਾਬ ਸਰਕਾਰ ਨਾਲ ਰਲੀ ਹੋਈ ਹੈ ਇਹਦੇ ਸੈਂਟਰ 'ਤੇ, ਇਹ ਨਹੀਂ ਗੱਲ ਵੀ ਇਕੱਲੀ ਸੈਂਟਰ ਆ। ਇਹ 6 ਮਹੀਨੇ ਹੋ ਗਏ ਕਾਨੂੰਨ ਬਣੇ ਨੂੰ, ਔਰ ਪੰਜਾਬ ਸਰਕਾਰ ਨੇ ਲਿਖ ਕੇ ਦਿੱਤਾ ਸੀ ਵੀ 1 ਅਪ੍ਰੈਲ ਤੋਂ ਅਸੀਂ ਲਾਗੂ ਕਰਾਂਗੇ। ਇਹ ਨਹੀਂ ਗੱਲ ਵੀ ਨਹੀਂ ਇਕੱਲੀ ਇਹ ਪੰਜਾਬ ਸੈਂਟਰ ਸਰਕਾਰ ਆ, FCI ਨੇ ਫਰਮਾਨ ਕੀਤਾ, ਸੈਂਟਰ ਗੌਰਮੈਂਟ ਕਹਿੰਦੀ ਸਾਡਾ ਕੋਈ ਦਖਲ ਨਹੀਂ ਗਾ। ਬਈ FCI ਦਾ ਫਰਮਾਨ ਆ ਜਿਹੜਾ ਇਹ ਪੰਜਾਬ ਗੌਰਮੈਂਟ ਨੇ ਲਾਗੂ ਕਰਨਾ, ਪੰਜਾਬ ਗੌਰਮੈਂਟ ਲਾਗੂ ਕਰ ਰਹੀ ਆ। ਪਟਵਾਰੀਆਂ ਨੂੰ ਆਰਡਰ ਕਰਤੇ ਆ ਪੋਰਟਲ 'ਤੇ ਜਮ੍ਹਾਂਬੰਦੀਆਂ ਚੜ੍ਹਾਉਣ ਦੀ, ਜਿਹੜੇ 50% ਖੇਤੀ ਠੇਕੇ ਵਾਲੀ ਆ, ਜਿਵੇਂ ਗੁਰਦੁਆਰੇ, ਡੇਰੇ ਜਾਂ ਬਾਹਰਲੇ ਰਿਸ਼ਤੇ 'ਚ ਗਏ ਬੰਦੇ, ਉਹਨਾਂ ਦੀਆਂ ਜ਼ਮੀਨਾਂ ਬੰਦ ਹੋਣਗੀਆਂ ਜਾਂ ਉਹਨਾਂ ਦੀ ਫਸਲ ਕਿਵੇਂ ਵਿਕੂਗੀ, ਇਹ ਸਰਕਾਰ ਨੇ ਕੋਈ ਕਲੀਅਰ ਨਹੀਂ ਕੀਤਾ। ਜਿਹੜਾ ਇਹ ਫੈਸਲਾ ਲਿਆ ਗਿਆ ਕਿ ਇਹ ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ ਉਹਨੂੰ ਤਾਰੋ ਬਿੰਨਾ ਕਰਨ ਦੇ ਮਕਸਦ ਲਿਆ ਗਿਆ? ਦੇਖੋ ਜੀ, ਇਹ ਤਾਂ ਫੈਸਲਾ ਤਾਂ ਸੰਘਰਸ਼ ਤੋਂ ਪਹਿਲਾਂ ਦਾ ਲਿਆ ਗਿਆ, ਇਹ ਲਿਖੋਇਆ ਗਿਆ ਹੁਣ ਤੱਕ। ਇਹ 6 ਅਕਤੂਬਰ 2020 ਨੂੰ ਫੈਸਲਾ ਲਿਆ ਗਿਆ, ਜੋ ਕਿ ਇਸ ਤੋਂ ਪਹਿਲਾਂ 1 ਅਗਸਤ 2020 'ਚ ਇਹ ਸਾਡੀ ਪੰਜਾਬ ਸਰਕਾਰ ਨੇ ਪਾਸ ਕਰਕੇ ਭੇਜਿਆ ਗਿਆ ਗਾ, ਲਿਖ ਕੇ ਭੇਜਿਆ ਗਿਆ ਸੈਂਟਰ ਨੂੰ ਵੀ ਇਸ ਤਰ੍ਹਾਂ ਕਰ ਦਿਓ 1 ਅਪ੍ਰੈਲ ਤੋਂ। ਜਿਹੜੇ ਇਹ ਫੈਸਲੇ ਨੇ, ਕੀ ਤੁਸੀਂ ਇਹਨਾਂ ਨੂੰ ਲਾਗੂ ਹੋਣ ਦਿਓਗੇ ਦਾਣਾ ਮੰਡੀਆਂ? ਦੇਖੋ ਜੀ, ਸਾਡੇ ਬਸ ਕੁਛ ਨਹੀਂ, ਅਸੀਂ ਕੰਮ ਬੰਦ ਕਰ ਸਕਦੇ ਹਾਂ, ਸਰਕਾਰ ਨੇ ਜੋ ਚਾਹੇ ਕਰਨਾ, ਕਿਸਾਨ ਅਤੇ ਮਜ਼ਦੂਰ ਨੇ ਜੋ ਚਾਹੇ ਉਹ ਕਰਨਾ, ਸਾਡੇ ਬਸ ਕੁਛ ਨਹੀਂ ਹੈ ਇਹਦੇ ਬਾਰੇ।
ਅਸੀਂ ਤਾਂ ਪ੍ਰੋਟੈਸਟ ਕਰ ਸਕਦੇ ਹਾਂ, ਕੰਮ ਬੰਦ ਆ। ਜਦੋਂ ਸਾਨੂੰ ਮਜ਼ਦੂਰੀ ਨਹੀਂ ਮਿਲਣੀ, ਮਜ਼ਦੂਰ ਨੂੰ ਦੇਣ ਨੂੰ ਸਾਨੂੰ ਆੜਤ ਨਹੀਂ ਮਿਲਣੀ, ਤਾਂ ਅਸੀਂ ਕਿਵੇਂ ਕੰਮ ਕਰਾਂਗੇ? ਲੱਖਾਂ ਰੁਪਈਏ ਖਰਚਾਂਗੇ ਸੰਦਾਂ 'ਤੇ, ਹੋਰ ਬੰਦੇ ਰੱਖਾਂਗੇ ਐਡਵਾਂਸ ਪੇਮੈਂਟਾਂ ਦੇ ਕੇ, ਸਾਨੂੰ ਕੋਈ ਜ਼ਰੂਰਤ ਨਹੀਂ ਉਸ ਚੀਜ਼ ਦੀ। ਇਹ ਸਰਕਾਰ ਸੋਚੇ, ਪੰਜਾਬ ਸਰਕਾਰ ਔਰ ਸੈਂਟਰ ਦੋਨੇ ਰਲੇ ਮਿਲੇ ਆ, ਜੇ ਕਿ ਜੋ ਕਿ ਚੱਲ ਰਿਹਾ ਕੰਮ। ਆਪਣੇ ਕੈਪਟਨ ਸਾਹਿਬ ਤਾਂ ਇਹ ਕਹਿ ਰਹੇ ਆ, ਇਹ ਤਾਂ ਕਿਸਾਨਾਂ ਅਤੇ ਸੈਂਟਰ ਗੌਰਮੈਂਟ ਦਾ ਕਲੇਸ਼ ਆ, ਇਹ ਪੰਜਾਬ ਅਤੇ ਪੰਜਾਬ ਦੇ ਮਜ਼ਦੂਰਾਂ ਅਤੇ ਕਿਸਾਨਾਂ ਦਾ ਕਲੇਸ਼ ਆ, ਜੋ ਕਿ ਇਹ ਵਿੱਚੋਂ ਨਿਕਲਦਾ ਕੈਪਟਨ, ਇਹ ਨਹੀਂ ਨਿਕਲਣਾ ਚਾਹੀਦਾ।